ਜੀ ਬਾਈ, ਕੀ ਹਾਲ ਚਾਲ ਜੀ? ਠੀਕ ਠਾਕ ਜੀ ਸਾਰੇ? ਅਤੇ ਲਓ ਜੀ, ਆ ਗਏ ਆਪਾਂ ਇੱਕ ਹੋਰ ਨਿਊ ਵਲੋਗ ਲੈ ਗਏ। ਅਤੇ ਅੱਜ ਦਾ ਵਲੋਗ ਆਪਾਂ ਪਿੱਛੇ ਆਪਣੀ ਜਿਹੜੀ ਕਾਰ ਆ ਉਹ ਕਰਤੀ ਪਾਰਕ। ਪਹਿਲਾਂ ਆਪਾਂ ਅੰਦਰ ਲਾਈ ਸੀ ਕਾਰ, ਸਮਾਨ ਰੱਖ ਲਿਆ ਆਪਾਂ ਆਪਣੇ ਟਰੱਕ ਦੇ ਅੰਦਰ। ਅਤੇ ਆਹ ਦੇਖੋ ਟਰੱਕ ਹੀ ਟਰੱਕ, ਅਤੇ ਉਹ ਖੜਾ ਆਪਣਾ ਸਾਹਮਣੇ ਟਰੱਕ। ਅਤੇ ਆਪਾਂ ਆ ਗਏ ਕਾਫੀ ਟਾਈਮਾਂ ਦੇ ਬਾਅਦ ਵਲੋਗ ਲੈ ਕੇ। ਅਤੇ ਮੈਂ ਕਿਹਾ ਚਲੋ ਬਣਾ ਦਈਏ ਵਲੋਗ, ਬਹੁਤ ਟਾਈਮ ਹੋ ਗਿਆ। ਅਤੇ ਟਰੱਕ ਮਿਲੇ ਨੂੰ ਆਪਾਂ ਨੂੰ ਹੋ ਗਏ ਵੈਸੇ 2 ਕੁ ਵੀਕ ਹੋ ਗਏ ਆ। ਇੱਕ ਗੇੜਾ ਆਪਾਂ ਲਾ ਆਏ ਪਹਿਲਾਂ, ਅਤੇ ਆਹ ਆਪਣਾ ਹੈਗਾ ਦੂਜਾ ਗੇੜਾ। ਅਤੇ ਅੱਜ ਮਤਲਬ ਕਿ ਹਫ਼ਤੇ ਬਾਅਦ ਫਿਰ ਆਪਾਂ ਚੱਲੇ ਹਾਂ। ਹਫ਼ਤੇ ਬਾਅਦ ਪਹਿਲਾਂ ਗਏ ਸੀਗੇ, ਹਫ਼ਤਾ ਲਾ ਆਏ ਪਹਿਲਾਂ ਆਪਾਂ, ਅਤੇ ਹੁਣ 2 ਦਿਨ ਦੀ ਰੈਸਟ ਤੋਂ ਬਾਅਦ ਅੱਜ ਆਪਾਂ ਚੱਲੇ ਹਾਂ ਫਿਰ। ਅਤੇ ਮੈਂ ਪਹਿਲਾਂ ਜਾਵਾਂ ਟਰੱਕ ਦੇ ਅੰਦਰ, ਸਮਾਨ ਸਮੂਨ ਰੱਖ ਲਿਆ ਆਪਾਂ ਵੇਚੇ ਦੇ। ਅਤੇ ਆਹ ਦੇਖੋ ਅੰਦਰੋਂ ਟਰੱਕ, ਤੁਸੀਂ ਆਪਣਾ ਆ ਹੈਗਾ ਟਰੱਕ ਆਪਣਾ ਅੰਦਰੋਂ। ਅਤੇ ਬਾਕੀ ਕੋਈ ਨਾ, ਚੱਲਦੇ ਚੱਲਦੇ ਸਾਫ ਕਰ ਲਾ ਮਾੜਾ ਜਿਹਾ ਇਹਨੂੰ, ਨਾਲੇ ਬਣਾਵਾਂਗੇ ਵਲੋਗ ਅਤੇ ਨਾਲੇ ਦੱਸਾਂਗੇ ਤੁਹਾਨੂੰ ਗੱਲਾਂ ਬਾਤਾਂ। ਬਹੁਤ ਟਾਈਮ ਬਾਅਦ ਅੱਜ ਆਪਾਂ ਆਏ ਹਾਂ ਵਲੋਗ ਲੈ ਕੇ। ਮੈਂ ਕਿਹਾ ਕਿ ਵਲੋਗ ਇੱਦਾਂ ਕਿ ਥੋੜ੍ਹਾ ਕੰਮ ਜਿਹਾ ਜਿਹੜਾ ਸੈੱਟ ਹੋ ਜਾਵੇ ਫਿਰ ਹੀ ਵਲੋਗ ਪਾਵਾਂਗੇ, ਕਿ ਕੰਮ ਵੈਸੇ ਸੈੱਟ ਹੀ ਆ ਪਰ ਫਿਰ ਵੀ ਜਿਹੜਾ ਮੈਂ ਪਿਛਲਾ ਗੇੜਾ ਲਾ ਕੇ ਆਇਆ ਨਾ, ਟ੍ਰਿਪ ਲਾ ਕੇ ਆਇਆ, ਉਹਦੇ ਵਿੱਚ ਮੈਂ ਵਲੋਗ ਬਣਾਉਣ ਲੱਗਾ ਸੀ, ਸ਼ੁਰੂ ਵੀ ਕੀਤਾ ਸੀਗਾ। ਪਰ ਫਿਰ ਨਾ ਪਤਾ ਕੀ ਹੋਇਆ ਕਿ ਇੱਦਾਂ ਹੀ ਜਿੱਦਾਂ ਟ੍ਰਿਪ ਦਾ ਥੋੜ੍ਹਾ ਨਵਾਂ ਨਵਾਂ ਕੰਮ ਹਜੇ ਪਤਾ ਨਹੀਂ ਲੱਗਦਾ, ਸਾਰੀਆਂ ਚੀਜ਼ਾਂ ਦਾ ਪੁੱਛਣਾ ਪੈਂਦਾ, ਤਾਂ ਕਰਕੇ ਫਿਰ ਮੈਂ ਵਿੱਚ ਹੀ ਵਲੋਗ ਛੱਡਤਾ। ਵਲੋਗ ਬਣਾਉਣ ਦਾ ਜਿਹੜਾ ਨਾ ਉਹ ਟਾਈਮ ਟੂਮ ਜਿਹਾ ਨਹੀਂ ਲੱਗਾ, ਤਾਂ ਕਰਕੇ ਫਿਰ ਮੈਂ ਉਹ ਰਹਿਤਾ। ਅਤੇ ਅੱਜ ਆਪਾਂ ਬਣਾਵਾਂਗੇ ਵਲੋਗ। ਅਤੇ ਇਹ ਹੈਗਾ ਸਾਡੀ ਕੰਪਨੀ ਦਾ ਯਾਰਡ, ਅਤੇ ਇੱਥੋਂ ਆਪਾਂ ਚੁੱਕਣਾ ਵਾ ਟਰੇਲਾ, ਲੋਡ ਹੀ ਆ, ਲੋਡ ਹੀ ਚੱਕਣਾ ਇੱਥੋਂ, ਲੋਡ ਚੱਕ ਕੇ ਅਤੇ ਫਿਰ ਜਾਣਾ ਆਪਾਂ ਸਿਡਨੀ ਨੂੰ। ਨੋਵਾ ਸਕੋਸ਼ੀਆ ਜੀ ਆ ਸਿਡਨੀ, ਆਪਾਂ ਹੈਗੇ ਨੋਵਾ ਸਕੋਸ਼ੀਆ, ਅਤੇ ਨੋਵਾ ਸਕੋਸ਼ੀਆ ਇਹ ਹੈਲੀਫੈਕਸ, ਅਤੇ ਹੈਲੀਫੈਕਸ ਤੋਂ ਜਾਣਾ ਸਿਡਨੀ, ਹੈਗਾ 400 ਕਿਲੋਮੀਟਰ। ਅਤੇ ਚਲੋ ਮੈਂ ਕਰਾਂ ਹੌਲੀ ਹੌਲੀ ਸਟਾਰਟ ਕੰਮ। ਆਹ ਦੇਖੋ ਆਹ ਗਈ ਲੋਗ ਬੁੱਕ, ਇਹਨੂੰ ਕਹਿੰਦੇ ਲੋਗ ਬੁੱਕ, ਇਹਦੇ ਸਾਰੇ ਪੰਗੇ ਆ, ਇਹਦੇ ਕਰਕੇ ਵਲੋਗ ਜਿਹੜਾ ਲੇਟ ਹੋਇਆ। ਪਿਛਲਾ ਟ੍ਰਿਪ ਜਿਹੜਾ ਮੈਂ ਲਾਇਆ ਉੱਦਾਂ ਬਣਾ ਸਕਦਾ ਵਲੋਗ, ਪਰ ਇਹਦਾ ਕਰਕੇ ਮੈਂ ਨਾ ਵਲੋਗ ਬਣਾਇਆ ਨਹੀਂ। ਹੁਣ ਆਪਾਂ ਪਾਈਏ ਔਨ ਡਿਊਟੀ ਇੰਸਪੈਕਸ਼ਨ ਅਤੇ ਕਨਫਰਮ। ਲਓ ਜੀ ਔਨ ਡਿਊਟੀ ਪਾ ਤਾ ਆਪਾਂ, ਅਤੇ ਹੁਣ ਆਪਾਂ ਟਰੱਕ ਨੂੰ ਕਰੀਏ ਸਟਾਰਟ। ਲਓ ਜੀ ਹੈਗਾ ਟਰੱਕ, ਇਹ ਕਿੱਥੋਂ ਚੱਲਣ ਲੱਗ ਪੈਂਦਾ ਪਿੱਛੇ, ਅਤੇ ਟਰੱਕ ਹੋ ਗਿਆ ਆਪਣਾ ਸਟਾਰਟ, ਸਟਾਰਟ ਹੋ ਗਿਆ ਸਟਾਰਟ ਟਰੱਕ ਵੀ। ਸਾਫ ਕਰੋ, ਅੱਜ ਜਿਹੜਾ ਮੌਸਮ ਆ ਨਾ ਉਹ ਆ ਮੀਂਹ ਜਿਹੇ ਵਾਲਾ, ਅਤੇ ਵੈਸੇ ਤਾਂ ਮੌਸਮ ਜ਼ਿਆਦਾ ਇੱਥੇ ਮੀਂਹ ਵਾਲੇ ਰਹਿੰਦਾ ਵਾ, ਧੁੱਪ ਧੱਪ ਘੱਟ ਹੀ ਲੱਗਦੀ ਆ, ਇੱਕ ਦਿਨ ਧੁੱਪ ਲੱਗ ਜਾਵੇ 2-3 ਦਿਨ ਮੀਂਹ ਪੈਂਦਾ ਪੈਂਦਾ, ਅਤੇ ਆਹ ਗੱਲਾਂ ਵਾਧਾਂ ਵਾ। ਹੁਣ ਮੈਂ ਇਹਨੂੰ ਤੋਰਾਂ, ਅਤੇ ਪਹਿਲਾਂ ਆਪਾਂ ਜਿਹੜਾ ਆਪਣਾ ਟਰਾਲਾ ਪਾਉਣਾ ਵਾ ਉਹਨੂੰ ਲੱਭੀਏ, ਕਿੱਥੇ ਲੱਗਾ ਉਹ, ਇੱਥੇ ਹੀ ਹੋਣਾ ਕਿਤੇ। ਅਤੇ ਟਰੱਕ ਹੈਗਾ ਆਪਣੇ ਕੋਲ ਇੰਟਰਨੈਸ਼ਨਲ ਟਰੱਕ, ਅਤੇ ਆਹ ਇਹਦੇ ਗੇਅਰ, ਅਤੇ ਆਹ ਗੱਲਾਂ ਬਾਤਾਂ ਨੇ। ਹੌਲੀ ਹੌਲੀ ਤੋਰੀਏ ਇਹਨੂੰ, ਇਹ ਹੈਗਾ ਜੀ ਆਪਣਾ ਟਰੇਲਾ ਜਿਹੜਾ ਆਪਾਂ ਪਾਉਣਾ ਵਾ, ਉਹ ਨੰਬਰ ਲਿਖਿਆ ਇਹਦੇ ਉੱਤੇ 61019 ਕਲਾਰਕ ਰੋਡ ਟਰਾਂਸਪੋਰਟ। ਇਹ ਹੈ ਵਿਚਾਰਾ ਉੱਦਾਂ ਦਾ ਹੀ ਆ, ਇਹਨੂੰ ਚੰਗੀ ਤਰ੍ਹਾਂ ਚੈੱਕ ਕਰਕੇ ਹੀ ਤੁਰਨਾ ਪੈਣਾ। ਇੱਥੇ ਬਾਈ ਪੰਗੇ ਆ, ਦੁਬਈ ਤਾਂ ਚੱਲ ਥੋੜ੍ਹਾ ਟਾਇਰ ਟੂਰ ਚੈੱਕ ਕਰ ਲਈਦੇ, ਇਹਦੇ ਬਾਅਦ ਚੱਲ ਜਾਂਦਾ ਇਹ ਕੰਮ। ਇੱਥੇ ਜਿਹੜਾ ਵਾ ਇੱਥੇ ਚੰਗੀ ਤਰ੍ਹਾਂ ਸਾਰੀ ਚੈੱਕ ਕਰਨਾ ਪੈਂਦਾ, ਹਵਾ ਹਵਾ ਤਾਂ ਨਹੀਂ ਲੀਕ, ਕਈ ਕੋਈ ਚੈੱਕ ਕਰਨਾ ਪੈਂਦਾ ਇਹ ਗੱਲ। ਚਲੋ ਪਹਿਲਾਂ ਕਨੈਕਟ ਕਰੀਏ, ਉਸ ਤੋਂ ਬਾਅਦ ਅਗਲੀ ਗੱਲ ਕਰਦੇ ਹਾਂ।
ਕਰ ਲਿਆ ਜੀ ਇਹਨੂੰ ਆਪਾਂ ਕਨੈਕਟ ਆਪਣੇ ਟਰੱਕ ਦੇ ਨਾਲ, ਅਤੇ ਆਹ ਚੱਕ ਲਈ ਆਪਾਂ ਥੋੜ੍ਹੀ ਇਹਦੇ ਨਾਲ ਦੇ ਟਾਇਰ ਟੂਰ ਚੈੱਕ ਕਰਨੇ ਹੁੰਦੇ ਇੱਦਾਂ ਕਰਕੇ, ਅਤੇ ਬਾਕੀ ਲਾਈਟਾਂ ਲੂਟਾਂ ਵੀ ਚੈੱਕ ਕਰਨੀਆਂ ਹੁੰਦੀਆਂ ਕਿਉਂਕਿ ਲਾਈਟਾਂ ਤੋਂ ਬਿਨਾਂ ਔਖਾ ਕੰਮ, ਲਾਈਟਾਂ ਬਹੁਤ ਜ਼ਰੂਰੀ ਚੈੱਕ ਕਰਨੀਆਂ, ਥੱਲੇ ਵੜ ਕੇ ਬ੍ਰੇਕਾਂ ਵੀ ਚੈੱਕ ਕਰਨੀਆਂ ਕਿ ਬ੍ਰੇਕਾਂ ਸਾਰੀਆਂ ਸਹੀ ਆ, ਹਵਾ ਹਵਾ ਤਾਂ ਨਹੀਂ ਕਿਤੇ ਲੀਕ ਹੁੰਦੀ, ਸਾਰਾ ਕੁਝ ਚੈੱਕ ਕਰਨਾ ਪੈਂਦਾ ਇਹਦਾ। ਦੁਬਈ ਵਾਲ ਦੇ ਕੋਈ ਚੱਕਰ ਨਹੀਂ, ਦੁਬਈ ਵਾਲ ਦੇ ਬਸ ਇਕੱਲੇ ਟਾਇਰ ਚੈੱਕ ਕਰੀਦੇ ਸੀ ਕਿ ਟਾਇਰ ਸਹੀ ਆ, ਲਾਈਟਾਂ ਜਗਦੀਆਂ, ਅਤੇ ਓਕੇ ਸੀਗਾ। ਇੱਥੇ ਕਹਿੰਦੇ ਆ ਕਿ ਸਾਰਾ ਕੁਝ ਚੈੱਕ ਕਰਨਾ, ਹੱਬ ਦਾ ਤੇਲ ਵੀ ਚੈੱਕ ਕਰਨਾ, ਆਹ ਵੀ ਚੈੱਕ ਕਰਨੇ ਸਹੀ ਆ, ਨਟ ਵੀ ਚੈੱਕ ਕਰਨੇ, ਸਾਰਾ ਕੁਝ ਚੈੱਕ ਕਰਨਾ, ਬੰਦਾ ਕੀ ਚੈੱਕ ਕਰੇ ਹੈ, ਅਤੇ ਆਹ ਗੱਲਾਂ ਬਾਤਾਂ ਨੇ। ਸੈੱਟ ਆ ਸਾਰਾ ਕੁਝ, ਬੜਾ ਵੀ ਸੋਹਣਾ। ਆ ਖੜਾ ਜੀ ਆਪਣਾ ਟਰੱਕ ਰੈਡੀ ਟੂ ਗੋ। ਇੱਧਰ ਸੀਗਾ ਇੱਕ ਡਰਾਈਵਰ ਰੂਮ ਕਹਿੰਦੇ ਉਹਨੂੰ, ਉੱਥੇ ਪਏ ਸੀ ਆਪਣੇ ਡਾਕੂਮੈਂਟ ਜਿਹੜੇ ਇਹਦੇ ਲੋਡ 'ਤੇ ਆ, ਅਤੇ ਉਹ ਆਪਾਂ ਚੱਕ ਲਿਆ ਅੰਦਰੋਂ, ਅਤੇ ਹੁਣ ਆਪਾਂ ਬਸ ਤਿਆਰੀ ਆ, ਸਾਰਾ ਕੁਝ ਓਕੇ ਆ, ਚੈੱਕ ਕਰ ਲਿਆ ਸਾਰਾ ਕੁਝ, ਓਕੇ ਰਿਪੋਰਟ ਆ, ਅਤੇ ਹੁਣ ਨਿਕਲਦੇ ਹਾਂ। ਇੱਥੋਂ ਜਾਣਾ ਆਪਾਂ ਉਹੀ 400 ਕਿਲੋਮੀਟਰ ਜਾਣ ਅਤੇ 400 ਆਉਣ, 450 ਲਾ ਲਓ। ਮੈਂ ਗੂਗਲ ਮੈਪ 'ਤੇ ਵੇਖਿਆ, ਟਰੱਕ ਵਾਲੇ ਮੈਪ 'ਤੇ ਪਾ ਕੇ ਦੇਖਾਂਗੇ ਵੀ ਕਿੰਨਾ ਬਣਦਾ, ਉੱਥੇ ਥੋੜ੍ਹਾ ਜ਼ਿਆਦਾ ਹੀ ਬਣਦਾ ਹੁੰਦਾ, ਇੱਕ ਮੀਂਹ ਪਈ ਜਾਂਦਾ। ਹਾਂਜੀ ਬਾਈ, ਥੋੜ੍ਹੀ ਆਪਾਂ ਚੁੱਕ ਲਈ, ਫਿਰ ਥੋੜ੍ਹੀ ਤਾਂ ਚੁੱਕ ਲਈ ਆ, ਜਿਹੜਾ ਆਪਾਂ ਲਿਆਏ ਸੀਗੇ ਟਰਾਲਾ ਉਹ ਆਪਾਂ ਇੱਥੇ ਕਰਤਾ ਡਰੋਪ। ਇਹ ਹੈਗਾ ਵਾ ਸਿਡਨੀ, ਨੋਵਾ ਸਕੋਸ਼ੀਆ ਦਾ ਸਿਡਨੀ, ਅਤੇ ਇੱਥੇ ਜਾਂਦੀ ਆ ਫੈਰੀ, ਇੱਥੋਂ ਜਾਂਦੀ ਅਗਲੇ ਪਾਸੇ ਜਿਹੜੀ ਉਹ ਜਿਹਨੂੰ ਸਮੁੰਦਰੀ ਜਹਾਜ਼ ਜਿਹਾ ਕਹਿ ਸਕਦੇ ਆ ਵਾ, ਉਹ ਆਪਣੇ ਜਿਹੜੇ ਆ ਟਰਾਲੇ ਆਪਾਂ ਡਰੋਪ ਕੀਤੇ ਆ, ਇਹ ਲੈ ਕੇ ਜਾਣੇ ਉਹਨਾਂ ਨੇ ਅਗਲੇ ਪਾਸੇ ਪ੍ਰਿੰਸ ਐਡਵਰਡ ਐਰਲੈਂਡ, ਨਾਮ ਨਹੀਂ ਲੈਣੇ ਉਹਦੇ ਮੈਨੂੰ ਬਾਈ, ਅਤੇ ਉੱਥੇ ਲੈ ਕੇ ਜਾਣੇ ਆ। ਉਹ ਆਪਾਂ ਲੋਡ ਸੀਗਾ ਜਿਹੜਾ ਉਹ ਇੱਥੇ ਡਰੋਪ ਕਰਤਾ ਵਾ, ਹੁਣ ਆਹ ਹੈਗਾ ਖਾਲੀ, ਇਹਨੂੰ ਆਪਾਂ ਲੈ ਕੇ ਜਾਣਾ ਵਾਪਸ, ਮਤਲਬ ਵਾਪਸ ਪੂਰਾ ਉੱਥੋਂ ਤੱਕ ਨਹੀਂ ਖੜਨਾ, ਇਹਨੂੰ ਵਾਪਸ ਖੜਨਾ ਵਾ ਰਸਤੇ ਤੱਕ ਕਿਸੇ ਕੰਪਨੀ 'ਚ ਇਹਨੂੰ ਡਰੋਪ ਕਰਕੇ, ਉੱਥੋਂ ਫਿਰ ਲੋਡ ਚੁੱਕ ਕੇ ਅਤੇ ਫਿਰ ਆਪਾਂ ਜਾਣਾ ਅੱਗੇ। ਮੈਂ ਥੋੜ੍ਹੀ ਤਾਂ ਚੁੱਕੀ ਆ ਕਿ ਇਹਦੀ ਵੀ ਆਪਾਂ ਨੂੰ ਕਰਨੀ ਪੈਣੀ ਇੰਸਪੈਕਸ਼ਨ, ਟਾਇਰ ਟੂਰ ਚੈੱਕ ਕਰ ਲਵਾਂਗੇ ਇਹਦੇ ਵੀ ਕਿ ਸੈੱਟ ਆ ਸਾਰਾ ਕੁਝ, ਅਤੇ ਫਿਰ ਇਹਦੀ ਇਹਨੇ ਚੈੱਕ ਚੁੱਕ ਕਰਕੇ ਨਾ ਸਾਰਾ, ਫਿਰ ਉਹ ਲੋਗ ਬੁੱਕ ਦੇ ਵਿੱਚ ਆਪਾਂ ਪਾਉਣਾ ਵਾ ਇੰਸਪੈਕਸ਼ਨ ਇਹਦੀ ਵੀ ਕਿ ਆਪਾਂ ਇਹ ਟਰਾਲਾ ਚੁੱਕਿਆ, ਇਹਦੀ ਇੰਸਪੈਕਸ਼ਨ ਕੀਤੀ, ਅਤੇ ਜੇ ਰਾਤ ਵਿੱਚ ਆਪਾਂ ਨੂੰ ਕੋਈ ਘੇਰ ਘੂਰ ਲਵੇ ਫਿਰ ਉਹਨੇ ਵੇਖਣਾ ਕਿ ਤੂੰ ਇਹਦੀ ਇੰਸਪੈਕਸ਼ਨ ਕੀਤੀ ਆ ਜਾਂ ਨਹੀਂ ਕੀਤੀ। ਸੋ ਆਹ ਚੱਕਰ ਨੇ ਵਾਹ ਬਾਈ, ਹੌਲੀ ਹੌਲੀ ਸਮਝ ਆ ਰਹੀ ਆ ਸਾਰੀਆਂ ਗੱਲਾਂ ਬਾਤਾਂ ਦੀ, ਅਤੇ ਇੱਦਾਂ ਹੀ ਸਮਝ ਆਉਂਦੀ ਰਹਿਣੀ ਆ ਅਤੇ ਚੱਲਦੇ ਰਹਿਣਾ ਆਪਾਂ ਕੰਮ ਕਾਰ 'ਚ, ਅਤੇ ਚਲੋ ਹੁਣ ਇਹਨੂੰ ਮੈਂ ਕਰਾਂ ਕਨੈਕਟ। ਹਾਂਜੀ ਬਾਈ, ਕੰਮ ਜਿਹੜਾ ਨਾ ਪੂਰਾ ਜ਼ੋਰਾਂ 'ਤੇ ਚੱਲ ਰਿਹਾ, ਉੱਧਰ ਆਪਾਂ ਲਿਆ ਗਏ ਉਹ ਕੱਟਤਾ ਜਿਹੜਾ ਉੱਥੋਂ ਪਾਇਆ ਸੀਗਾ, ਲਾਗੋ ਸੀਗਾ ਇਹ ਕੋਈ 10 ਕਿਲੋਮੀਟਰ ਸੀਗਾ, ਜਲਦੀ ਆ ਗਏ ਆਪਾਂ ਅਤੇ ਉਹਨੂੰ ਪਾ ਗਏ, ਅਤੇ ਇੱਥੇ ਕੱਟਤਾ ਵਾ, ਇੱਥੋਂ ਹੁਣ ਆਪਾਂ ਪਾ ਲਿਆ ਇੱਕ ਹੋਰ, ਅੱਜ ਦੇ ਨਾ ਟਰਾਲੇ ਕੱਟੋ ਅਤੇ ਪਾਓ, ਬਸ ਇਹੀ ਕੰਮ ਚੱਲ ਰਿਹਾ ਵਾ, ਅਤੇ ਇਹ ਵੀ ਪਾ ਲਿਆ ਆਪਾਂ, ਇਹਦੀ ਵੀ ਆਪਾਂ ਇੰਸਪੈਕਸ਼ਨ ਜਿਹਨੂੰ ਕਹਿੰਦੇ ਉਹ ਕਰ ਲਈ ਆ, ਚੈੱਕ ਚੁੱਕ ਕਰ ਲਿਆ ਚੰਗੀ ਤਰ੍ਹਾਂ, ਅਤੇ ਹੁਣ ਆਪਾਂ ਰੈਡੀ ਟੂ ਗੋ ਆ। ਅਤੇ ਇੱਥੋਂ ਹੈਗਾ 400 ਕਿਲੋਮੀਟਰ ਆਪਣੀ ਕੰਪਨੀ ਹੈਲੀਫੈਕਸ, ਉੱਥੇ ਜਾਣਾ ਬਸ ਆਪਾਂ, ਅਤੇ ਇਹਨੂੰ ਕਰ ਦੇਣਾ ਡਰੋਪ, ਅਤੇ ਅੱਜ ਦਾ ਕੰਮ ਮੈਨੂੰ ਲੱਗਦਾ ਖਤਮ, ਇੱਥੋਂ ਤੱਕ ਹੀ ਸੀਗਾ। ਅਤੇ ਬਸ ਹੁਣ ਜਿਹੜੇ 3:30 ਹੋਏ ਆ, ਅਤੇ ਸ਼ਾਮਾਂ ਦੇ 8-9 ਵਜੇ ਤੱਕ ਆਪਾਂ ਪਹੁੰਚ ਜਾਣਾ ਹੈਲੀਫੈਕਸ, ਅਤੇ ਫਿਰ ਅਗਲੇ ਦਿਨ ਦਾ ਵੇਖਾਂਗੇ ਕੱਲ੍ਹ ਦਾ ਕੀ ਪਲੈਨ ਆਉਂਦਾ ਵਾ, ਅੱਜ ਤਾਂ ਘਰ ਚੱਲ ਜਾਵਾਂਗੇ ਆਪਾਂ, ਅਤੇ
ਵਲੌਗ ਆਪਾਂ ਇੰਨਾ ਕੁ ਬਣਾਵਾਂਗੇ ਅੱਜ ਦਾ, ਅਤੇ ਬਾਕੀ ਜਿਹੜਾ ਅਗਲੇ ਵਲੌਗ ਆਉਣ ਵਾਲੇ ਦੇਖਣਗੇ ਤੁਹਾਨੂੰ ਵਧੀਆ ਵਧੀਆ ਹੋਰ ਵੀ ਗੱਲਾਂ ਬਾਤਾਂ ਕਰਾਂਗੇ। ਅਤੇ ਮੌਸਮ ਜਿਹੜਾ ਹੁਣ ਆਹ ਦੇਖੋ ਅੱਧੀਆਂ ਬਾਹਾਂ ਵਾਲੇ ਪਾਲੇ ਆ, ਮੌਸਮ ਥੋੜ੍ਹਾ ਵਧੀਆ ਵਾ, ਮਤਲਬ ਨਾ ਠੰਡ ਆ ਅਤੇ ਨਾ ਗਰਮੀ ਆ, ਮਤਲਬ ਪੂਰਾ ਚਿਲਡ ਮੌਸਮ ਆ, ਗੁੱਡ ਵਧੀਆ ਮੌਸਮ ਆ। ਆਹ ਇੱਥੇ ਟਰਾਲੇ ਟਰਾਲੇ ਲੱਗੇ ਘਰੇ ਘਰੇ, ਅਤੇ ਚਲੋ ਚੱਲੀਏ ਆਪਾਂ ਹੁਣ ਟਰੱਕ ਦੇ ਅੰਦਰ, ਅਤੇ ਬਹੁਤ ਕੰਮ। ਆਹ ਦੇਖੋ ਆਹ ਹੁੰਦੀ ਬੁੱਕ, ਇੱਥੇ ਕਿੰਨੇ ਘੰਟੇ ਸ਼ੋਅ ਹੁੰਦੇ ਆ? 7 ਘੰਟੇ। ਇਹਦਾ ਮਤਲਬ ਇਹ ਆ ਕਿ ਆਪਾਂ 7 ਘੰਟੇ ਅਜੇ ਹੋਰ ਟਰੱਕ ਚਲਾ ਸਕਦੇ ਹਾਂ, 7 ਘੰਟੇ ਹੈਗੇ ਆਪਣੇ ਕੋਲ, ਪਰ ਜਿਹੜੀ ਡਰਾਈਵ ਆ ਇੱਥੋਂ ਉਹ ਹੈਗੀ ਆ ਆਹ ਸ਼ੋਅ ਕਰਨ ਦੀ ਨਾ, 4 ਘੰਟੇ ਅਤੇ 12 ਮਿੰਟ, ਪਤਾ ਨਹੀਂ ਦਿਖਦੀ ਕਿ ਨਹੀਂ, ਹਾਂ 4 ਘੰਟੇ 12 ਮਿੰਟ, ਅਤੇ ਆਪਾਂ ਆਰਾਮ ਨਾਲ ਪਹੁੰਚ ਜਾਣਾ, ਹੱਸਦੇ ਖੇਡਦੇ ਨੇ, ਕੋਈ ਚੱਕਰ ਵਾਲੀ ਗੱਲ ਨਹੀਂ ਗੀ। ਅਤੇ ਚੱਲੀਏ ਹੁਣ ਨਿਕਲੀਏ, ਸਾਰਾ ਕੁਝ ਓਕੇ ਆ, ਰੈਡੀ ਟੂ ਗੋ ਆ। ਇਹਦੇ ਵਿੱਚ ਕਿੰਨੇ ਮੈਸੇਜ ਮੁਸੀਜ ਕਰਨੇ ਪੈਂਦੇ ਆ, ਜਦੋਂ ਆਪਾਂ ਪਹੁੰਚ ਗਏ ਉਦੋਂ ਮੈਸੇਜ, ਜਦੋਂ ਆਪਾਂ ਟਰਾਲਾ ਡਰੋਪ ਕਰਤਾ ਉਹਦਾ ਨੰਬਰ, ਉਹਦਾ ਮੈਸੇਜ ਕਿੱਥੇ ਡਰੋਪ ਕੀਤਾ ਉਹ, ਅਤੇ ਕਈ ਕੁਝ ਹੀ ਆ, ਕੀ ਕਰ ਸਕਦੇ ਹਾਂ, ਬਸ ਇੱਦਾਂ ਹੀ ਆ, ਚੱਲੀ ਜਾਂਦਾ ਕੰਮ, ਥੋੜ੍ਹਾ ਥੋੜ੍ਹਾ ਸਮਝ ਲੱਗ ਰਹੀ ਆ, ਜਿਵੇਂ ਜਿਵੇਂ ਸਮਝ ਲੱਗ ਰਹੀ ਆ ਉਵੇਂ ਉਵੇਂ ਆਪਾਂ ਸੈੱਟ ਹੁੰਦੇ ਜਾਂਦੇ ਹਾਂ। ਅਤੇ ਪਹਿਲੇ ਦਿਨ ਤਾਂ ਮੈਂ ਬੜੇ ਕਾਲਾਂ ਕੀਤੀਆਂ ਮੁੰਡੇ ਨੂੰ, ਕੀ ਕਰਨਾ ਕਿੱਦਾਂ ਕਰਨਾ ਸਾਰਾ ਕੁਝ ਪੁੱਛਿਆ, ਅਤੇ ਹੁਣ ਜਿੱਦਾਂ ਹੌਲੀ ਹੌਲੀ ਸਮਝ ਲੱਗਦੀ ਜਾਂਦੀ ਆ, ਅਤੇ ਹੌਲੀ ਹੌਲੀ ਆਪਾਂ ਪਰਫੈਕਟ ਹੋ ਜਾਣਾ, ਹੌਲੀ ਹੌਲੀ ਹੋਵਾਂ, ਹਰੇਕ ਕੰਮ ਵਿੱਚ ਬੰਦਾ ਹੌਲੀ ਹੌਲੀ ਪਰਫੈਕਟ ਹੁੰਦਾ ਵਾ, ਅਤੇ ਆਪਾਂ ਵੀ ਹੋ ਜਾਣਾ ਪਰਫੈਕਟ, ਕੋਈ ਚੱਕਰ ਨਹੀਂ। ਅਤੇ ਚਲੋ ਹੁਣ ਆਪਾਂ ਨਿਕਲੀਏ, ਚੱਲੀਏ ਰੈਡੀ ਟੂ ਗੋ, ਕਰੀਏ ਕੰਮ, ਚੱਲੀਏ। ਆਹ ਹੈਗੀ ਇਹਦੀ ਹੈਂਡ ਬ੍ਰੇਕ, ਇਹਦੀਆਂ 2 ਹੈਂਡ ਬ੍ਰੇਕਾਂ ਹੁੰਦੀਆਂ, ਇੱਕ ਆਹ ਅਤੇ ਇੱਕ ਆਹ, ਦੁਬਈ ਦੇ ਇੱਕੋ ਹੀ ਹੁੰਦੀ, ਬਸ ਖਿੱਚ ਦਿਉ ਅਤੇ ਕੰਮ ਹੋ ਗਿਆ। ਇਹਦੇ ਆਹ ਟਰਾਲੇ ਦੀ ਵੱਖਰੀ ਆ, ਅਤੇ ਅੱਗੇ ਯੂਨਿਟ ਜਿਹੜਾ ਉਹਦੀ ਵੱਖਰੀ ਆ, ਆਹ ਗੱਲਾਂ ਬਾਤਾਂ ਨੇ। ਅਤੇ ਬਸ ਔਨ ਕੀਤੀ, ਇੱਥੋਂ ਪਾਇਆ ਗੇਅਰ, ਅਤੇ ਜਦੋਂ ਪੈ ਗਿਆ ਗੇਅਰ ਅਤੇ ਉਦੋਂ ਆਪਣਾ ਟਰੱਕ ਪੈਣਾ ਤੁਰ, ਲਓ ਜੀ ਤੁਰ ਪਿਆ ਟਰੱਕ, ਬਸ ਇੰਨਾ ਕੰਮ ਹੁੰਦਾ। ਹੁਣ ਸਿੱਧੇ ਸਿੱਧੇ ਆਪਾਂ ਆਹ GPS ਵੱਲ ਵੇਖ ਵੇਖ ਕੇ ਤੁਰੇ ਜਾਣਾ ਵਾ, ਜਿੱਧਰ ਨੂੰ GPS ਨੇ ਕਿਹਾ ਉੱਧਰ ਨੂੰ ਹੀ ਆਪਾਂ ਤੁਰੇ ਜਾਣਾ ਵਾ, ਅਤੇ ਇੰਨਾ ਕੁ ਕੰਮ ਹੁੰਦਾ ਜੀ, ਬਸ ਵਧੀਆ ਵਾ, ਕੰਮ ਹੈ ਤਾਂ ਸੌਖਾ ਵਾ, ਦੁਬਈ ਨਾਲੋਂ ਸੌਖਾ ਵਾ, ਅਤੇ ਦੁਬਈ ਥੋੜ੍ਹਾ ਔਖਾ ਵਾ, ਕਿਉਂਕਿ ਉੱਥੇ ਲੋਡ ਨੂੰ ਟਾਈਮ ਬੜਾ ਲੱਗਦਾ, ਖਾਲੀ ਖੁੱਲੀ ਨੂੰ ਟਾਈਮ ਲੱਗਦਾ, ਇੱਥੇ ਲੋਡ ਖਾਲੀ ਵਾਲਾ ਥੋੜ੍ਹਾ ਜਿਹਾ ਟਾਈਮ ਨਾ ਜਿਹੜਾ ਉਹ ਬਚ ਜਾਂਦਾ, ਜਿੱਦਾਂ ਹੁਣ ਆਪਾਂ ਆਏ ਹਾਂ ਅਤੇ ਆਪਾਂ ਨੂੰ ਇੱਥੇ ਕੋਈ ਟਾਈਮ ਨਹੀਂ ਲੱਗਾ, ਬਸ ਖਾਲੀ ਕੱਟਿਆ, ਲੋਡ ਪਾਇਆ, ਲੋਡ ਕੱਟਿਆ, ਲੋਡ ਪਾਇਆ, ਆਹ ਕੰਮ ਚੱਲਦਾ ਜੀ। ਚਲੋ ਓਕੇ ਫਿਰ ਆ ਜਾਓ, ਚੱਲਦੇ ਹੌਲੀ ਹੌਲੀ। ਅਤੇ ਪਹੁੰਚ ਗਏ ਜੀ ਆਪਾਂ, ਕੀ ਲਿਖਿਆ, ਟਿਮ ਹੋਟਲ ਪਹੁੰਚ ਗਏ ਆਪਾਂ। ਆਹ ਹੈਗਾ ਪੰਪ, ਇੱਧਰੋਂ ਟਰੱਕਾਂ ਵਾਲੇ ਤੇਲ ਪਵਾ ਸਕਦੇ ਅਤੇ ਇੱਧਰੋਂ ਕਾਰਾਂ ਵਾਲੇ ਤੇਲ ਪਵਾ ਸਕਦੇ ਆ, ਅਤੇ ਆਪਾਂ ਨੂੰ ਹੋ ਗਏ 2 ਘੰਟੇ ਚੱਲਦਿਆਂ ਨੂੰ, 2 ਘੰਟੇ ਅਤੇ 18 ਮਿੰਟ ਹੋਰ ਆਪਾਂ ਨੂੰ ਲੱਗਣੇ ਹੁਣ ਆਪਣੇ ਕੰਪਨੀ ਦੇ ਯਾਰਡ ਵਿੱਚ ਪਹੁੰਚਣ ਤੱਕ। ਅਤੇ ਮੈਂ ਕਿਹਾ ਕਿ ਕੁਝ ਖਾ ਲਈਏ, ਭੁੱਖ ਹੀ ਬੜੀ ਲੱਗੀ ਆ, ਅਤੇ ਕੁਝ ਖਾ ਪੀ ਕੇ ਫਿਰ ਚੱਲਦੇ ਹਾਂ, ਟਾਈਮ ਵਾਧੂ ਆਪਣੇ ਕੋਲ, ਟੈਨਸ਼ਨ ਵਾਲੀ ਕੋਈ ਗੱਲ ਨਹੀਂ ਗੀ, ਅਤੇ ਕੁਝ ਖਾਧਾ ਜਾਊਗਾ ਅਤੇ ਫਿਰ ਅੱਗੇ ਗਾਂਹ ਵਾਲੀਆਂ ਜਿਹੜਾ ਕੰਮ ਆ ਉਹ ਹੋਏਗਾ। ਬਹੁਤ ਟਰੱਕ ਚਲਾ ਲਿਆ, 2 ਘੰਟੇ ਲਗਾਤਾਰ ਚਲਾ ਲਿਆ, ਇੰਨਾ ਬਹੁਤ ਆ। ਚਲੋ ਜੀ ਆਹ ਲਾਤਾ ਬਸ ਸਾਈਡ ਜੀ 'ਤੇ, ਪਾਰਕਿੰਗ ਪੂਰਕਿੰਗ ਦਾ ਪਤਾ ਨਹੀਂ ਕਿੱਦਾਂ ਹੁੰਦੀ ਇੱਥੇ, ਸਾਈਡ 'ਤੇ ਲਾਤਾ ਬਸ ਆਪਾਂ, ਕੋਈ ਚੱਕਰ ਵਾਲੀ ਗੱਲ ਨਹੀਂ। ਚੱਲੀਏ ਹੁਣ ਅੰਦਰ, ਅਤੇ ਅੰਦਰ ਜਾ ਕੇ ਚੱਕੀਏ ਕੋਈ ਨਾ ਕੋਈ ਖਾਣ ਪੀਣ ਦਾ। ਹੋਈ ਬਾਈ ਲੈ ਆਏ ਆਪਾਂ ਕੌਫੀ ਅਤੇ ਆਹ ਨਾਲ ਕੋਈ ਖਾਣ ਨੂੰ, ਇਹ ਮੈਂ ਤੁਹਾਨੂੰ ਨਾ ਅੰਦਰ ਜਾ ਕੇ ਦੱਸਦਾ ਇਹਦੀ ਕਹਾਣੀ, ਇਹ ਕੀ ਹਿਸਾਬ ਕਿਤਾਬ ਜੇ। ਆਪਾਂ ਹੈਗੇ ਹਾਂ ਥੋੜ੍ਹੇ ਸਿੱਧੇ ਸਾਦੇ ਦੇਸੀ ਬੰਦੇ, ਅਤੇ ਅਸੀਂ ਹੈਗੇ ਬਾਈ ਸਿੱਧੇ ਸਾਦੇ ਦੇਸੀ ਬੰਦੇ, ਤਾਂ ਸਾਨੂੰ ਭੁੱਲ ਜਾਂਦਾ ਚੇਤਾ ਉੱਥੇ ਜਾ ਕੇ ਕਿ ਆਰਡਰ ਕੀ ਕਰਨਾ ਵਾ, ਅਤੇ ਹੈ ਤਾਂ ਸੌਖਾ ਹੀ ਆ ਕੰਮ, ਪਰ ਮੈਨੂੰ ਪਤਾ ਨਹੀਂ ਕਿਉਂ ਨਹੀਂ ਇਹਨਾਂ ਦਾ ਨਾਂ ਚੇਤਾ ਭੁੱਲ ਜਾਂਦਾ ਹਰ ਵਾਰੀ।
ਮੈਨੂੰ ਸਵਾਦ ਵੀ ਇਹੋ ਲੱਗਦੇ ਆ ਕਿਉਂਕਿ ਇਹ ਹੁੰਦੇ ਲੂਣ ਵਾਲੇ ਅਤੇ ਮਿੱਠਾ ਜਿਹਾ ਵਧੀਆ ਨਹੀਂ ਲੱਗਦਾ ਬਾਕੀ। ਅਤੇ ਸੋਨਾ ਤੁਹਾਨੂੰ ਮੈਂ ਕੱਢ ਕੇ ਬਾਹਰ ਉਹ ਇਹਦੇ ਥੱਲੇ ਵੀ ਗਏ ਆ ਵਿਚਾਰੇ। ਆਹ ਦੇਖੋ ਆਹ ਚੀਜ਼ ਹੁੰਦੀ ਆ, ਇਹਨਾਂ ਨੂੰ ਕਹਿੰਦੇ ਆ ਬੇਗਲ ਬੇਗਲ, ਅਤੇ ਮੈਨੂੰ ਚੇਤਾ ਭੁੱਲ ਜਾਂਦਾ ਕਿ ਕੀ ਕਹਿੰਦੇ ਆ। ਮੈਂ ਉੱਥੇ ਜਾ ਕੇ ਮੁੰਡੇ ਨੂੰ ਫੋਨ ਕੀਤਾ ਪਹਿਲਾਂ ਕਿ ਮੈਨੂੰ ਦੱਸੀ ਉਹਨਾਂ ਨੂੰ ਕੀ ਕਹਿੰਦੇ ਆ, ਅਤੇ ਫਿਰ ਮੈਂ ਔਡਰ ਕਰਨਾ ਵਾ। ਓਹੋ ਔਖਾ ਕੰਮ, ਹੁਣ ਮੈਂ ਚੇਤਾ ਰੱਖਣਾ ਇਹਨਾਂ ਨੂੰ ਬੇਗਲ ਕਹਿੰਦੇ ਆ, ਕਿਉਂਕਿ ਮੈਨੂੰ ਭੁੱਲ ਜਾਂਦਾ ਚੇਤਾ, ਅਤੇ ਫਿਰ ਉੱਥੇ ਜਾ ਕੇ ਮੈਨੂੰ ਕਿਸੇ ਨੂੰ ਪੁੱਛਣਾ ਪੈਂਦਾ। ਇਹ ਹੈਗੀ ਆ ਕੌਫੀ, ਚਾਹ ਨਹੀਂ ਆ ਕੌਫੀ ਆ। ਕੌਫੀ ਕਿਹੜੀ ਆ ਹੁਣ ਮੈਂ ਤੁਹਾਨੂੰ ਨਹੀਂ ਦੱਸਣਾ, ਮੈਨੂੰ ਆਪ ਚੇਤਾ ਭੁੱਲ ਜਾਂਦਾ ਕਿਹੜੀ ਕਿਹੜੀ ਕੀ ਕੀ ਕਰਨਾ। ਬਸ ਉੱਥੇ ਜਾ ਕੇ ਕੌਫੀ ਟ੍ਰਿਪਲ ਇੱਦਾਂ ਜੇ ਕਹਿ ਕੁ ਦੇਈਦਾ ਵਾ, ਜਿੰਨੀ ਮਿੱਠਾ ਪਾਉਣਾ ਉਨਾ ਉਹਨੂੰ, ਜੇ ਇੱਕ ਮਿੱਠਾ ਪਾਉਣਾ ਇੱਕ ਕਹਿ ਦੇਈਦਾ, ਜੇ ਦੋ ਮਿੱਠੇ ਪਾਉਣੇ ਦੋ ਕਹਿ ਦੇਈਦਾ, ਮਤਲਬ 2 ਕਹਿ ਦੇਈਦਾ, ਜੇ 3 ਪਾਉਣੇ ਫਿਰ 3 ਟ੍ਰਿਪਲ ਕਹਿ ਦੇਈਦਾ, ਜਿੰਨੀ ਕਰੀਮ ਪਾਉਣੀ ਉਹ ਵੀ ਕਹਿ ਦੇਈਦੀ ਆ। ਅਤੇ ਹੌਲੀ ਹੌਲੀ ਅਜੇ ਆਪਾਂ ਜਾ ਸਿੱਖ ਰਹੇ ਹਾਂ, ਕੋਈ ਨਾ ਜਲਦੀ ਆਪਾਂ ਵੀ ਹੋ ਜਾਵਾਂਗੇ ਕੀ ਕਹਿੰਦੇ ਹੁੰਦੇ ਆ ਜੂਸ ਟੂ, ਮਤਲਬ ਵੀ ਆਪਾਂ ਨੂੰ ਵੀ ਔਡਰ ਕਰਨਾ ਆ ਜੂਗਾ ਵਧੀਆ ਤਰੀਕੇ ਨਾਲ। ਅਤੇ ਚੱਲੀਏ ਹੁਣ ਤੁਰੀਏ, ਕਿਉਂਕਿ ਟਾਈਮ ਨਾਲ ਘਰ ਪਹੁੰਚਾਂਗੇ, ਇੱਥੇ ਬਹਿਣ ਦਾ ਤਾਂ ਕੋਈ ਫਾਇਦਾ ਹੈ ਨਹੀਂ ਆ। ਅਤੇ ਇਹਦੇ ਨਾਲ ਚੰਗਾ ਵੀ ਘਰ ਹੀ ਚੱਲੀਏ, ਉੱਥੋਂ ਰਹਿ ਗਿਆ 2 ਘੰਟੇ ਦਾ ਡਰਾਈਵ ਆਪਾਂ ਨੂੰ ਹੋਰ। ਆਪਾਂ ਜਾਣਾ ਧੂਣਾ ਪੱਟ ਦੇ, ਸਿੱਧਾ 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 ਧੂਣਾ ਪੱਟ ਦੇ ਜਾਣਾ ਆਪਾਂ। ਚਲੋ ਜੀ ਇਹਨੂੰ ਕਰੀਏ ਸਟਾਰਟ। ਹਾਂਜੀ ਭਾਈ, ਬਾਹਰ ਹੋ ਗਿਆ ਹਨੇਰਾ। ਆਹ ਦੇਖੋ ਉਹ ਲਾਤਾ ਆਪਾਂ ਆਪਣਾ ਟਰੱਕ ਸਾਹਮਣੇ ਅੰਦਰ ਵਾਰ ਮਤਲਬ, ਅਤੇ ਉਹ ਖੜੀ ਆਪਣੀ ਗੱਡੀ, ਅਤੇ ਇੱਧਰ ਆਏ ਸੀਗੇ ਆਪਾਂ ਉਹੀ ਰੂਮ ਜਿੱਥੋਂ ਆਪਾਂ ਪੇਪਰ ਲੈ ਕੇ ਗਏ ਸੀ। ਹੁਣ ਆਪਾਂ ਜਿਹੜੇ ਆਪਣੇ ਕੋਲ ਨਾ ਪਹਿਲੇ ਟ੍ਰਿਪਾਂ ਦੇ ਪੇਪਰ ਪਏ ਸੀ, ਜਿਹੜਾ ਡਿਲੀਵਰ ਖਾਲੀ ਕੀਤਾ ਹੁੰਦਾ ਉਹਦੇ ਸਟੰਪਾਂ ਸਟੰਪਾਂ ਲੱਗੀਆਂ ਹੁੰਦੀਆਂ, ਉਹ ਬਸ ਇੱਥੇ ਰੱਖ ਦੇਣੇ ਹੁੰਦੇ ਅੰਦਰ, ਲਿਖ ਕੇ ਉਹਨਾਂ ਦੇ ਉੱਤੇ ਕਿ ਆਹ ਲੋਡ ਸੀਗਾ ਅਤੇ ਇੱਥੇ ਲਾਇਆ ਅਤੇ ਇੱਥੇ ਖਾਲੀ ਕੀਤਾ, ਇੱਥੋਂ ਲੋਡ ਕੀਤਾ ਅਤੇ ਉਹ ਰੱਖਤਾ। ਅਤੇ ਹੁਣ ਆਪਾਂ ਚੱਲਦੇ ਹਾਂ ਘਰ ਨੂੰ, ਅੰਦਰ ਲੱਗੇ ਟਰੱਕ, ਅਤੇ ਹੁਣ ਆਪਾਂ ਨਿਕਲਣਾ ਹੈ ਕੱਲ੍ਹ ਨੂੰ। ਕੱਲ੍ਹ ਨੂੰ ਆਪਣਾ ਲੋਡ ਆ ਜਿਹੜਾ ਉਹ ਆ ਗਿਆ ਵਾ ਕੱਲ੍ਹ ਦਾ, ਅਤੇ ਕੱਲ੍ਹ ਨੂੰ ਚੱਲਾਂਗੇ। ਗੱਡੀ ਆਪਣੀ ਸਟਾਰਟ, ਲੱਗਾ ਗਰਮ ਹੋ ਜਾਵੇ ਮਾੜੀ ਜੀ। ਇਹ ਸੀਗੀ ਬਾਈ ਗੱਲਬਾਤ, ਚਾਨਣ ਵੈਸੇ ਹੈਗਾ ਨਹੀਂ ਇੰਨਾ ਆਪਣਾ, ਅਤੇ ਕੋਈ ਚੱਕਰ ਨਹੀਂ ਆ। ਅਤੇ ਟ੍ਰਿਪ ਆਪਣਾ ਹੋ ਗਿਆ ਕੰਪਲੀਟ, ਟ੍ਰਿਪ ਨਹੀਂ ਮਤਲਬ ਟ੍ਰਿਪ ਵੀ ਕੰਪਲੀਟ ਹੀ ਆ, ਹੁਣ ਆਪਣਾ ਅੱਜ ਦਾ ਦਿਨ ਜਿਹੜਾ ਹੋ ਗਿਆ ਖਤਮ। ਅਤੇ ਇਹ ਸੀਗਾ ਇੱਕੋ ਦਿਨ ਦਾ ਕੰਮ, ਹੁਣ ਜਿਹੜਾ ਆਪਾਂ ਅੱਗੇ ਜਾਣਾ ਵਾ ਉਹ ਆਪਾਂ ਫਿਰ ਇੱਕ ਵੀਕ ਲਾ ਕੇ ਆਉਣਾ ਪੂਰਾ ਬਾਹਰ ਹੀ। ਅਤੇ ਅੱਜ ਦਾ ਜਿਹੜਾ ਵਲੋਗ ਆ ਇੱਥੇ ਕਰਦੇ ਲਾਸਟ, ਹਨੇਰਾ ਹੋ ਗਿਆ ਕਿਉਂਕਿ ਹੁਣ ਅੱਗੇ ਕੀ ਵਲੋਗ ਬਣਾਉਣਾ, ਅਤੇ ਇਹ ਵਲੋਗ ਆ ਜੂਗਾ। ਅਤੇ ਇਹ ਵਲੋਗ ਜੇ ਮੈਂ ਸ਼ੁਰੂਆਤ ਹੀ ਕਰਨ ਦਿਆਂ ਥੋੜ੍ਹੀ ਜਿਹੀ, ਸ਼ੁਰੂਆਤੀ ਜਿਹਾ ਵਲੋਗ ਆ, ਅਤੇ ਇਹਦੇ ਵਿੱਚ ਤੁਹਾਨੂੰ ਪਤਾ ਹੀ ਆ ਫਿਰ ਠੀਕ ਠਾਕ ਜਿਹਾ ਰਿਹਾ ਕੰਮ। ਅਤੇ ਕੋਈ ਨਾ ਨੈਕਸਟ ਵਲੋਗ ਆਪਾਂ ਵਧੀਆ ਵਧੀਆ ਬਣਾਵਾਂਗੇ, ਅਤੇ ਹੋਰ ਗੱਲਾਂ ਬਾਤਾਂ ਨੌਲੇਜ ਵਾਲੀਆਂ ਜਿੰਨੀਆਂ ਕੁ ਮਤਲਬ ਕਿ ਕੰਪੇਅਰ ਮਤਲਬ ਕਿ ਆਪਾਂ ਦੱਸਾਂਗੇ ਕਿ ਦੁਬਈ 'ਚ ਕੀ ਪ੍ਰੋਬਲਮਾਂ ਆਉਂਦੀਆਂ ਅਤੇ ਇੱਥੇ ਨਹੀਂ ਆਉਂਦੀਆਂ, ਅਤੇ ਇੱਥੇ ਕੀ ਪ੍ਰੋਬਲਮ ਆਉਂਦੀਆਂ ਜੋ ਦੁਬਈ 'ਚ ਨਹੀਂ ਆਉਂਦੀਆਂ, ਇੱਦਾਂ ਦੀਆਂ ਕੋਈ ਗੱਲਾਂ ਆਪਾਂ ਦੁਬਈ ਬਾਰੇ ਅਤੇ ਇੱਥੋਂ ਬਾਰੇ ਦੱਸਾਂਗੇ। ਬਾਕੀ ਇੱਥੋਂ ਬਾਰੇ ਜਿਹੜਾ ਦੱਸਣਾ ਉਹ ਤਾਂ ਵਾਧੂ ਪਹਿਲਾਂ ਹੀ
ਬਹੁਤ ਵੀਰ ਭਰਾ ਆਪਣੇ ਵਲੌਗ ਬਣਾਉਂਦੇ ਆ, ਉਹ ਤੁਸੀਂ ਦੇਖ ਸਕਦੇ ਆ। ਆਪਾਂ ਤਾਂ ਥੋੜ੍ਹਾ ਪਤਾ ਦੁਬਈ ਤੋਂ ਅਤੇ ਇੱਥੋਂ ਥੋੜ੍ਹਾ ਪਤਾ ਦੱਸ ਸਕਦੇ ਹਾਂ, ਉਹ ਆਪਾਂ ਦੱਸ ਦਾਂਗੇ। ਅਤੇ ਚਲੋ ਫਿਰ ਮਿਲਦੇ ਹਾਂ ਨੈਕਸਟ ਵਲੌਗ ਦੇ ਵਿੱਚ। ਆਹ ਵਲੌਗ ਜਿੱਦਾਂ ਦਾ ਰਿਹਾ ਠੀਕ ਆ, ਅਗਲੇ ਵਲੌਗ ਹੋਰ ਵਧੀਆ ਬਣਾਵਾਂਗੇ। ਕਾਫੀ ਦਿਨਾਂ ਬਾਅਦ ਕੰਮ ਸ਼ੁਰੂ ਕੀਤਾ ਤਾਂ ਕਰਕੇ ਨਾ ਥੋੜ੍ਹਾ ਜਿਹਾ ਮੰਨ ਸਕਦੇ ਤੁਸੀਂ, ਸਮਝ ਸਕਦੇ ਨਹੀਂ, ਅਤੇ ਕੋਈ ਚੱਕਰ ਨਹੀਂ। ਮਿਲਦੇ ਹਾਂ ਆਪਾਂ ਨੈਕਸਟ ਵਲੌਗ ਦੇ ਵਿੱਚ ਜਲਦੀ, ਹੁਣ ਜਲਦੀ ਬਣਾਵਾਂਗੇ ਵਲੌਗ ਆਪਾਂ। ਨੋ ਟੈਨਸ਼ਨ, ਲੋਡ ਮਿਲੀ ਜਾਣੇ ਆਪਾਂ ਨੂੰ ਅਤੇ ਵਲੌਗ ਬਣਾਈ ਜਾਣੇ ਆਪਾਂ। ਓਕੇ ਬਾਏ, ਮਿਲਦੇ ਹਾਂ ਨੈਕਸਟ ਵਲੌਗ ਦੇ ਵਿੱਚ।